ਦੇਖੋ ਬਹੁਤ ਖੁਸ਼ੀ ਦੀ ਗੱਲ ਹੈ, ਬੜੇ ਮਾਣ ਦੀ ਗੱਲ ਹੈ ਕਿ 17 ਸਾਲ 17 ਮਹੀਨਿਆਂ ਦੇ ਨਜਾਇਜ਼ ਧੱਕੇ ਤੋਂ ਬਾਅਦ, ਜੇਲ੍ਹ ਤੋਂ ਬਾਅਦ ਮਨੀਸ਼ ਜੀ ਨੂੰ ਰਿਹਾਈ ਮਿਲੀ ਹੈ। ਇਹਦੇ ਨਾਲ ਮਨੀਸ਼ ਜੀ ਦਾ ਜਾਣੇ ਜਾਂਦੇ ਨੇ ਆਪਦੇ ਕੰਮ ਦੇ ਲਈ, ਤੇ ਇਹਦੀ ਖੁਸ਼ੀ ਜਿੰਨੀ ਮੈਨੂੰ ਜਾਂ ਸਾਡੇ ਵਰਕਰਾਂ ਨੂੰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ, ਉੱਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਹ ਫੜੀ। ਇਸੇ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ, ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ। ਉਹਨਾਂ ਦਾ ਮਾਨ ਸਾਹਿਬ ਦਾ, ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ, ਪਰਿਵਾਰ ਵੱਲੋਂ, ਆਪਣੇ ਵੱਲੋਂ, ਸਾਰੇ ਨਗਰ ਨਿਵਾਸੀਆਂ ਵੱਲੋਂ, ਹਾਂਜੀ, ਜੋ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ, ਹਾਂਜੀ, ਸਾਨੂੰ ਮਾਲੀ ਸਹਾਇਤਾ ਦੇ ਕੇ ਗਏ, ਹਾਂਜੀ, ਪਰਿਵਾਰ ਨੂੰ ਭਰੋਸਾ ਦੇ ਕੇ ਗਏ। ਬਾਕੀ ਕੋਈ ਬੇਟੀ ਨੂੰ ਜੋਬ ਦੇਵਾਂਗੇ, ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ, ਬਾਕੀ ਸਾਨੂੰ ਮਾਲੀ ਸਹਾਇਤਾ 1 ਕਰੋੜ ਦੀ ਰਾਸ਼ੀ ਦੇਗਾ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ, ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਸਨਮਾਨ ਰਾਸ਼ੀ ਦੇ ਤੌਰ 'ਤੇ ਦਿੱਤਾ ਜਾਊਗਾ। ਵੀ 100 ਗੁਣੇ ਜ਼ਿਆਦਾ ਖੁਸ਼ੀ ਦਿੱਲੀ ਦੇ, ਪੰਜਾਬ ਦੇ, ਪੂਰੇ ਮੁਲਕ ਦੇ ਹਰ ਪੇਰੈਂਟ ਨੂੰ ਹੈ ਤੇ ਹਰ ਬੱਚੇ ਨੂੰ, ਹਰ ਸਟੂਡੈਂਟ ਨੂੰ ਹੈ, ਕਿਉਂਕਿ ਮਨੀਸ਼ ਉਹਨਾਂ ਦੇ ਮਸੀਹਾ ਬਣ ਚੁੱਕੇ ਨੇ, ਕਿਸ ਤਰੀਕੇ ਨਾਲ ਉਹਨਾਂ ਦਿਸ਼ਾ ਦਿਸ਼ਾ ਦਿੰਦੀ ਹੈ। ਬਹੁਤ ਖੁਸ਼ੀ ਦੀ ਗੱਲ ਹੈ, ਬੜੇ ਮਾਣ ਦੀ ਗੱਲ ਹੈ ਕਿ 17 ਸਾਲ 17 ਮਹੀਨਿਆਂ ਦੇ ਨਜਾਇਜ਼ ਧੱਕੇ ਤੋਂ ਬਾਅਦ, ਜੇਲ੍ਹ ਤੋਂ ਬਾਅਦ ਮਨੀਸ਼ ਜੀ ਨੂੰ ਰਿਹਾਈ ਮਿਲੀ ਹੈ। ਇਹਦੇ ਨਾਲ ਮਨੀਸ਼ ਜੀ ਦਾ ਜਾਣੇ ਜਾਂਦੇ ਨੇ ਆਪਦੇ ਕੰਮ ਦੇ ਲਈ, ਤੇ ਇਹਦੀ ਖੁਸ਼ੀ ਜਿੰਨੀ ਮੈਨੂੰ ਜਾਂ ਸਾਡੇ ਵਰਕਰਾਂ ਨੂੰ ਹੈ, ਉਹ ਤੋਂ ਵੀ 100 ਗੁਣੇ ਜ਼ਿਆਦਾ ਖੁਸ਼ੀ ਦਿੱਲੀ ਦੇ, ਪੰਜਾਬ ਦੇ, ਪੂਰੇ ਮੁਲਕ ਦੇ ਹਰ ਪੇਰੈਂਟ ਨੂੰ ਹੈ ਤੇ ਹਰ ਬੱਚੇ ਨੂੰ, ਹਰ ਸਟੂਡੈਂਟ ਨੂੰ ਹੈ, ਕਿਉਂਕਿ ਮਨੀਸ਼ ਉਹਨਾਂ ਦੇ ਮਸੀਹਾ ਬਣ ਚੁੱਕੇ ਨੇ, ਕਿਸ ਤਰੀਕੇ ਨਾਲ ਉਹਨਾਂ ਦਿਸ਼ਾ ਦਿਸ਼ਾ ਦਿੰਦੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।